ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸੋ ਡੱਲਾ ਜੀ, ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ, ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ, ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ, ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ, ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ, ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਹਰਜੋਤ ਜੀ, ਤਿੰਨ ਚਾਰ ਵੱਡੀਆਂ ਵੱਡੀਆਂ ਖਬਰਾਂ ਨੇ, ਇੱਕ ਇੱਕ ਕਰਕੇ ਮੈਂ ਇਹਨਾਂ ਖਬਰਾਂ ਦਾ ਅਨਾਲਿਸਿਸ ਅੱਗੇ ਵਧਾਊਂਗਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦਾ। ਉਹਨਾਂ ਦੇ ਮਸਲੇ 'ਤੇ ਇਸ ਵਕਤ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਡਿਬੇਟ ਹੋ ਰਹੀ ਹੈ, ਔਰ ਹਰ ਕੋਈ ਜਿਸ ਤਰ੍ਹਾਂ ਨਾਲ ਰਿਪੋਰਟਾਂ ਸਾਹਮਣੇ ਆਈਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੇ ਕਿਹਾ ਕਿ ਤੁਸੀਂ ਕਾਨੂੰਨੀ ਪੱਖ ਜਾਣੋ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਕਾਨੂੰਨੀ ਕਾਰਵਾਈ ਦੇ ਤੌਰ 'ਤੇ ਅੱਗੇ ਵਧੋ ਔਰ ਮਰਡਰ ਦਾ ਕੇਸ ਦਰਜ ਕਰਾਉਣ ਦੀ ਪ੍ਰਕਿਰਿਆ ਨੂੰ ਅੰਜਾਮ ਦਿਓ। ਉਸ ਤੋਂ ਬਾਅਦ ਇਸ ਮਸਲੇ 'ਤੇ ਹੋਰ ਬਹੁਤ ਜ਼ਿਆਦਾ ਡਿਬੇਟ ਹੋ ਰਹੀ ਹੈ। ਜਿਸ ਤਰ੍ਹਾਂ ਦੀਆਂ ਗੱਲਾਂ ਸਾਬਕਾ ਐਕਟਿੰਗ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਬਾਰੇ ਬਾਹਰ ਆਈਆਂ ਨੇ, ਉਸ ਤੋਂ ਬਾਅਦ ਰੌਂਗਟੇ ਖੜ੍ਹੇ ਕਰਨ ਵਾਲੀਆਂ ਸਥਿਤੀਆਂ ਨੇ ਜਿਹੜੀਆਂ ਉਹਨਾਂ ਦੇ ਉਹਨਾਂ ਹਾਲਾਤਾਂ ਨੂੰ ਲੈ ਕੇ ਬਣ ਰਹੀਆਂ ਨੇ। ਹਰ ਕੋਈ ਹੈਰਾਨ ਹੈ ਕਿ ਇਸ ਪੱਧਰ ਦਾ ਤਸ਼ੱਦਦ ਹੋਇਆ। ਔਰ ਕੱਲ੍ਹ ਮੈਂ ਦੇਖ ਰਿਹਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕਰਤੀ। ਉਹ ਕਹਿੰਦੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਜਿਹੜੀਆਂ ਗਲਤੀਆਂ ਪਿਛਲੀਆਂ ਸਰਕਾਰਾਂ ਨੇ ਕੀਤੀਆਂ, ਜਥੇਦਾਰ ਕੌਂਕੇ ਸਾਹਿਬ ਦੇ ਉੱਤੇ ਜਿਹੜੀ ਜਾਂਚ ਰਿਪੋਰਟ ਸੀ ਉਹਦੇ ਤੋਂ ਧੂੜ ਵੀ ਕਿਸੇ ਨੇ ਹਟਾਈ ਨਹੀਂ, 25 ਸਾਲ ਹੋ ਗਏ, ਫਾਈਲਾਂ ਉਸੇ ਤਰ੍ਹਾਂ ਦੱਬੀਆਂ ਨੇ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ। ਹੁਣ ਮੈਂ ਇਸ ਰੂਪ ਦੇ ਵਿੱਚ ਵੇਖਦਾ ਕਿ ਭਗਵੰਤ ਮਾਨ ਉਹੀ ਮੁੱਖ ਮੰਤਰੀ ਨੇ ਜਿਨ੍ਹਾਂ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਭਾਜਪਾ ਵੱਲੋਂ ਵੀ, ਔਰ ਬੀਜੇਪੀ ਵੱਲੋਂ ਵੀ, ਔਰ ਕਾਂਗਰਸ ਵੱਲੋਂ ਵੀ ਲਗਾਤਾਰ ਇਲਜ਼ਾਮ ਲਾਏ ਜਾ ਰਹੇ ਸੀ ਕਿ ਭਗਵੰਤ ਮਾਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਲਾਂਭੇ ਹੋ ਰਹੇ ਨੇ। ਹੁਣ ਮੇਰਾ ਇਹ ਮੰਨਣਾ ਹੈ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦਾ ਜਿਹੜਾ ਮਾਮਲਾ ਸੀ ਉਹ ਨਹੀਂ ਨਿਬੇੜਿਆ, ਨਾ ਅਕਾਲੀ ਦਲ ਦੀ ਸਰਕਾਰ ਨੇ ਨਿਬੇੜਿਆ, ਨਾ ਕਾਂਗਰਸ ਦੀ ਸਰਕਾਰ ਨੇ ਨਿਬੇੜਿਆ। ਕੈਪਟਨ ਅਮਰਿੰਦਰ ਸਿੰਘ ਵੀ ਇਸ ਤਰ੍ਹਾਂ ਦੇ ਲੀਡਰ ਦੇ ਤੌਰ 'ਤੇ ਆਪਣੇ ਆਪ ਨੂੰ ਅੱਗੇ ਕਰਦੇ ਸੀ ਕਿ ਉਹ ਪੰਥਕ ਮਸਲਿਆਂ ਨੂੰ ਨਿਬੇੜਦੇ ਨੇ। ਬਹੁਤ ਸਾਰੇ ਉਸ ਵੇਲੇ ਕਾਂਗਰਸ ਦੇ ਲੀਡਰ ਕੈਪਟਨ ਅਮਰਿੰਦਰ ਨੂੰ ਪੰਥਕ ਮਸਲੇ ਨਿਬੇੜਨ ਵਾਲਾ ਆਗੂ ਵੀ ਕਹਿੰਦੇ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਪੰਥਕ ਆਗੂ ਕਿਹਾ ਜਾਂਦਾ ਸੀ। ਹੁਣ ਬੜੀ ਹੈਰਾਨੀ ਵਾਲੀ ਗੱਲ ਹੈ ਹਰਜੋਤ ਜੀ ਕਿ 25 ਸਾਲ ਅਕਾਲੀ ਦਲ ਔਰ ਕਾਂਗਰਸ ਦੀ ਸਰਕਾਰ ਰਹੀ, ਔਰ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਦੇ ਸੀ, ਅੱਜ ਸ਼੍ਰੋਮਣੀ ਅਕਾਲੀ ਦਲ ਜਿੱਡੀ ਲੜਾਈ ਲੜ ਰਿਹਾ ਬਲਵੰਤ ਸਿੰਘ ਰਾਜੂਆਣਾ ਦੇ ਮਾਮਲੇ 'ਤੇ, ਕੀ ਕਦੀ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੇਵ ਸਿੰਘ ਕੌਂਕੇ ਹੋਣਾ ਦੇ ਮਾਮਲੇ 'ਤੇ ਸਰਕਾਰ 'ਚ ਰਹਿੰਦੇ ਕੋਈ ਕਾਰਵਾਈ ਕੀਤੀ? ਮੈਨੂੰ ਲੱਗਦਾ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਇਹ ਮਸਲਾ ਕਿਤੇ ਨਾ ਕਿਤੇ ਅਕਾਲੀ ਦਲ ਲਈ ਵੀ, ਕਾਂਗਰਸ ਲਈ ਵੀ ਨੁਕਸਾਨਦੇਹ ਬਣੇਗਾ, ਕਿਉਂਕਿ ਹੁਣ ਮੰਗ ਭਗਵੰਤ ਮਾਨ ਤੋਂ ਕਰਤੀ ਔਰ ਮੈਨੂੰ ਬਹੁਤ ਅਹਿਮ ਸੂਤਰਾਂ ਤੋਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪੂਰੇ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਨੇ, ਭਾਵੇਂ ਉਹ ਵਿਪਾਸਨਾ 'ਤੇ ਚਲੇ ਗਏ ਨੇ, ਹੁਣ ਉਹਨਾਂ ਨੇ 6-7 ਦਿਨਾਂ ਬਾਅਦ ਵਾਪਸ ਪੰਜਾਬ ਦੇ ਵਿੱਚ ਮੁੜਨਾ,
8 ਤਰੀਕ ਤੋਂ ਬਾਅਦ ਉਹ 8 ਤਰੀਕ ਨੂੰ ਸ਼ਾਇਦ ਮੁੜਨਗੇ ਜਾਂ 9 ਤਰੀਕ ਨੂੰ ਮੁੜਨਗੇ, ਪਰ ਇਸ ਤਰੀਕੇ ਦੀਆਂ ਖਬਰਾਂ ਨੇ ਕਿ ਭਗਵੰਤ ਮਾਨ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦੇ ਪੂਰੇ ਮਾਮਲੇ 'ਤੇ ਆਪਣੇ ਅਫਸਰਾਂ ਤੋਂ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਸੀ। ਬਹੁਤ ਭਰੋਸੇਯੋਗ ਸੂਤਰਾਂ ਤੋਂ ਹਰਜੋਤ ਜੀ ਇਹ ਜਾਣਕਾਰੀ ਆਈ ਹੈ। ਔਰ ਮੈਂ ਜਿਸ ਤਰ੍ਹਾਂ ਨਾਲ ਦੇਖ ਰਿਹਾ ਕਿ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਨੇ 1925 ਦੇ ਗੁਰਦੁਆਰਾ ਐਕਟ ਦੇ ਵਿੱਚ ਹੀ ਸੋਧ ਕੀਤੀ ਔਰ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ SGPC ਵੀ ਔਰ ਅਕਾਲੀ ਦਲ ਵੀ ਭਗਵੰਤ ਮਾਨ ਦੀ ਸਰਕਾਰ 'ਤੇ ਇਲਜ਼ਾਮ ਲਾਉਂਦੇ ਰਹੇ, ਮੈਨੂੰ ਲੱਗਦਾ ਭਗਵੰਤ ਮਾਨ ਕਿਉਂਕਿ ਉਹ ਪੁਰਾਣੇ ਮਸਲੇ ਨਿਬੇੜ ਰਹੇ ਨੇ, ਜਿਵੇਂ ਉਹਨਾਂ ਨੇ ਥਰਮਲ ਪਲਾਂਟ ਖਰੀਦ ਲਿਆ, ਅਕਾਲੀ ਕਾਂਗਰਸ ਦੇ ਰਾਜ 'ਚ ਥਰਮਲ ਪਲਾਂਟ ਬੰਦ ਹੋਇਆ ਅਤੇ ਭਗਵੰਤ ਮਾਨ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਜਿਹੜਾ ਅਕਾਲੀਆਂ ਦੇ ਰਾਜ ਦੇ ਵਿੱਚ ਆਇਆ ਸੀ ਅਤੇ ਜਿਹੜਾ ਘਾਟੇ 'ਚ ਚੱਲ ਰਿਹਾ ਸੀ ਅਤੇ ਉਹਨੂੰ ਖਰੀਦ ਲਿਆ। ਸੋ ਮੈਨੂੰ ਲੱਗਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ 'ਤੇ ਅਗਰ ਭਗਵੰਤ ਮਾਨ ਨੇ ਤੱਥ ਉਜਾਗਰ ਕੀਤੇ, ਕਿਤੇ ਨਾ ਕਿਤੇ ਅਕਾਲੀ ਦਲ ਔਰ ਕਾਂਗਰਸ ਦੇ ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਨੇ ਉਹਨਾਂ ਅੱਗੇ ਇੱਕ ਬਹੁਤ ਵੱਡੀ ਦੁਚਿੱਤੀ ਦੀ ਸਥਿਤੀ ਪੈਦਾ ਹੋ ਜੂਗੀ। ਸੋ ਇਹ ਮਾਮਲਾ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨਿਬੇੜੇ ਵਾਲੇ ਪਾਸੇ ਤੁਰੇਗਾ, ਕਿਉਂਕਿ ਭਗਵੰਤ ਮਾਨ ਤੋਂ ਇਹ ਆਸ ਅਸੀਂ ਕਰ ਸਕਦੇ ਹਾਂ ਕਿ ਉਹ ਸਾਰੇ ਅਜਿਹੇ ਮੁੱਦੇ ਜਿਹੜੇ ਭਗਵੰਤ ਮਾਨ ਦੇ ਵੱਸ 'ਚ ਹੋਣ ਉਹ ਨਿਬੇੜ ਦਿੰਦਾ, ਅਜਿਹਾ ਮੁੱਖ ਮੰਤਰੀ ਹੈ। ਸੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਅਗਰ ਭਗਵੰਤ ਮਾਨ ਨੇ ਅਫੀਸ਼ੀਅਲ ਤੌਰ 'ਤੇ ਸਰਕਾਰੀ ਤੌਰ 'ਤੇ ਜਨਤਕ ਕਰਤੀ ਜਾਂਚ ਰਿਪੋਰਟ ਔਰ ਅਗਰ ਉਹਦੇ 'ਤੇ ਕਾਰਵਾਈ ਦੇ ਹੁਕਮ ਦੇ ਦਿੱਤੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਇੱਕ ਬਹੁਤ ਵੱਡਾ ਇੱਕ ਸਰਕਾਰੀ ਫੈਸਲਾ ਭਗਵੰਤ ਮਾਨ ਦਾ ਹੋ ਸਕਦਾ, ਜਿਹੜਾ ਭਗਵੰਤ ਮਾਨ ਉਹਨਾਂ ਦੀ ਆਪਣੀ ਨਿਰਪੱਖਤਾ ਨੂੰ ਵੀ ਪੰਜਾਬ ਦੇ ਲੋਕਾਂ ਅੱਗੇ ਲੈ ਕੇ ਆਏਗਾ ਕਿ ਅਕਾਲੀ ਦਲ ਔਰ ਕਾਂਗਰਸ ਜਿਹੜਾ ਕੁਝ ਨਹੀਂ ਕਰ ਸਕੇ ਉਹ ਭਗਵੰਤ ਮਾਨ ਨੇ ਕਰਤਾ। ਸੋ ਮੈਂ ਬਹੁਤ ਗੰਭੀਰਤਾ ਦੇ ਨਾਲ ਇਸ ਪੂਰੇ ਮਾਮਲੇ ਨੂੰ ਵੇਖ ਰਿਹਾ ਕਿਉਂਕਿ ਇਹਦੇ ਉੱਪਰ ਕਈ ਤਰ੍ਹਾਂ ਦੀ ਸਿਆਸਤ ਵੀ ਹੋ ਰਹੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਸ ਤਰ੍ਹਾਂ ਨਾਲ ਬਿਆਨ ਆਇਆ ਕਿ ਜਿਹੜੇ ਲੋਕ ਅੱਜ ਕਹਿ ਰਹੇ ਨੇ ਕਿ ਅਸੀਂ ਲੜਾਈ ਲੜਾਂਗੇ, ਅਸੀਂ ਇਨਸਾਫ ਦੀ ਲੜਾਈ ਲੜਾਂਗੇ, ਅਸੀਂ ਇਨਸਾਫ ਮੰਗਦੇ ਹਾਂ, ਉਹ ਲੋਕ ਉਦੋਂ ਕਿੱਥੇ ਸੀ ਜਦੋਂ ਉਹਨਾਂ ਕੋਲ ਮੌਕਾ ਸੀ ਉਹ ਇਨਸਾਫ ਦੇ ਸਕਦੇ ਸੀ। ਸੋ ਕਿਤੇ ਨਾ ਕਿਤੇ ਆਉਂਦੇ ਦਿਨਾਂ ਦੇ ਵਿੱਚ ਇਸ ਮਸਲੇ 'ਤੇ ਬਹੁਤ ਗੰਭੀਰਤਾ ਦੇ ਨਾਲ ਡਿਬੇਟ ਵੀ ਹੋਏਗੀ ਔਰ ਅਗਰ ਭਗਵੰਤ ਮਾਨ ਨੇ ਇਹਦੇ 'ਤੇ ਵੱਡਾ ਫੈਸਲਾ ਕਰ ਲਿਆ ਤਾਂ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਵੀ ਭਗਵੰਤ ਮਾਨ ਆਪਣੀ ਵੱਖਰੀ ਥਾਂ ਬਣਾਉਣ ਵਾਲੇ ਲੀਡਰ ਬਣ ਸਕਦੇ ਨੇ। ਹਰਜੋਤ ਜੀ, ਦੂਸਰੀ ਖਬਰ ਹੈ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ। ਅਰਵਿੰਦ ਕੇਜਰੀਵਾਲ ਉਹਨਾਂ ਨੇ ED ਅੱਗੇ ਪੇਸ਼ ਹੋਣ ਤੋਂ ਇੱਕ ਵਾਰੀ ਫਿਰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਕੁਝ ਸਵਾਲ ਸੀ, ਮੈਂ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਕੁਝ ਜਾਣਕਾਰੀ ਜਾਣਨਾ ਚਾਹੁੰਦਾ ਸੀ ਕਿ ਮੈਨੂੰ ਸੰਮਨ ਕਿਸ ਕਪੈਸਿਟੀ 'ਚ ਭੇਜੇ ਗਏ ਨੇ, ਮੁੱਖ ਮੰਤਰੀ ਦੇ ਤੌਰ 'ਤੇ ਭੇਜੇ ਗਏ ਨੇ, ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਤੌਰ 'ਤੇ ਭੇਜੇ ਗਏ ਨੇ, ਕੋਆਰਡੀਨੇਟਰ ਦੇ ਤੌਰ 'ਤੇ ਭੇਜੇ ਗਏ ਨੇ ਜਾਂ ਮੈਨੂੰ ਇੱਕ ਮੁਲਜ਼ਮ ਦੇ ਤੌਰ 'ਤੇ ਭੇਜੇ ਗਏ ਨੇ। ਇਸ ਤਰੀਕੇ ਦੀ ਚਿੱਠੀ ਅਰਵਿੰਦ ਕੇਜਰੀਵਾਲ ਨੇ ਪਹਿਲੇ ਸੰਮਨ ਤੋਂ ਬਾਅਦ ਲਿਖੀ ਸੀ। ਹੁਣ ਤੀਜੇ ਸੰਮਨ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ, ਉਹਨਾਂ ਨੇ ਕਾਨੂੰਨੀ ਸਲਾਹ ਲਈ। ਹਾਲਾਂਕਿ ਉਹਨਾਂ ਨੇ ਇਹ ਕਿਹਾ, ਆਮ ਆਦਮੀ ਪਾਰਟੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ED ਅੱਗੇ ਜ਼ਰੂਰ ਪੇਸ਼ ਹੋਣਗੇ, ਜਾਂਚ ਦੇ ਵਿੱਚ ਸਹਿਯੋਗ ਕਰਨਗੇ, ਪਰ ਉਹ ਕਈ ਸਵਾਲਾਂ ਦਾ ਜਵਾਬ ਚਾਹੁੰਦੇ ਨੇ। ਇਹ ਵੀ ਉਹਨਾਂ ਨੇ ਕਿਹਾ ਕਿ ਰਾਜ ਸਭਾ ਦੀਆਂ ਚੋਣਾਂ ਇਸ ਵਕਤ ਸਿਰ 'ਤੇ ਨੇ ਔਰ 26 ਜਨਵਰੀ ਦਾ ਪ੍ਰੋਗਰਾਮ ਦਿੱਲੀ ਦੇ ਵਿੱਚ ਬਹੁਤ ਅਹਿਮੀਅਤ ਵਾਲਾ ਪ੍ਰੋਗਰਾਮ ਹੈ, ਇਸ ਕਰਕੇ ਉਹ ਚਾਹੁੰਦੇ ਨੇ ਕਿ ਅਗਰ ਲਿਖਤੀ ਸਵਾਲ ਉਹਨਾਂ ਨੂੰ ED ਵੱਲੋਂ ਭੇਜ ਦਿੱਤੇ ਜਾਣ ਤਾਂ ਉਹ ਉਹਨਾਂ 'ਤੇ ਵੀ ਗੌਰ ਕਰ ਸਕਦੇ ਨੇ। ਅਸਲ 'ਚ ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਹੈ ਕਿ
ਕਿਤੇ ਨਾ ਕਿਤੇ ਜਾਣ ਬੁੱਝ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸੰਜੇ ਸਿੰਘ ਗ੍ਰਿਫਤਾਰ ਹੋਏ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ, ਮਨੀਸ਼ ਸਿਸੋਦੀਆ ਗ੍ਰਿਫਤਾਰ ਹੋਏ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ, ਉਹਨਾਂ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਉਹ ਗ੍ਰਿਫਤਾਰ ਹੋਏ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ, ਹਾਲਾਂਕਿ ਉਹ ਐਕਸਾਈਜ਼ ਮਾਮਲੇ 'ਚ ਗ੍ਰਿਫਤਾਰ ਨਹੀਂ ਹੋਏ, ਪਰ ਮਨੀਸ਼ ਸਿਸੋਦੀਆ ਔਰ ਸੰਜੇ ਸਿੰਘ ਨੂੰ ਜਿਹੜਾ ਐਕਸਾਈਜ਼ ਪਾਲਿਸੀ ਦਾ ਮਾਮਲਾ ਉਹਦੇ 'ਚ ਗ੍ਰਿਫਤਾਰ ਕੀਤਾ ਗਿਆ। ਸੋ ਹੁਣ ਅਰਵਿੰਦ ਕੇਜਰੀਵਾਲ ਆਉਂਦੇ ਦਿਨਾਂ ਦੇ ਵਿੱਚ ਕੀ ਹੋਰ ਕਹਿਣਗੇ ਇਸ ਮਸਲੇ 'ਤੇ, ਇਨਫੋਰਸਮੈਂਟ ਡਾਇਰੈਕਟੋਰੇਟ ਕੀ ਕੋਈ ਹੋਰ ਸੰਮਨ ਭੇਜੇਗੀ, ਇਹਦੇ ਉੱਪਰ ਨਜ਼ਰ ਰਹੇਗੀ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਲੇ ਗਏ ਨੇ ਵਿਪਾਸ਼ਨਾ 'ਤੇ, ਉਹ ਵਿਪਾਸ਼ਨਾ 'ਤੇ ਚਲੇ ਗਏ ਨੇ ਵਿਸ਼ਾਖਾਪਟਨਮ, ਔਰ ਉਹਨਾਂ ਦੇ ਵਿਸ਼ਾਖਾਪਟਨਮ ਰਵਾਨਾ ਹੋਣ 'ਤੇ ਪੰਜਾਬ ਦੀ ਸਿਆਸਤ ਗਰਮ ਹੋ ਗਈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਤਿੱਖਾ ਹਮਲਾ ਕੀਤਾ, ਔਰ ਸੁਨੀਲ ਜਾਖੜ ਉਹਨਾਂ ਨੇ ਵੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਕੀਤਾ। ਹੁਣ ਸੁਨੀਲ ਜਾਖੜ ਸਾਹਿਬ ਕਹਿੰਦੇ ਕਿ ਅਗਰ ਕੇਜਰੀਵਾਲ ਸਾਹਿਬ ਹੁਸ਼ਿਆਰਪੁਰ ਵਿਪਾਸ਼ਨਾ ਕਰ ਸਕਦੇ ਨੇ ਤਾਂ ਭਗਵੰਤ ਮਾਨ ਨੂੰ ਵਿਸ਼ਾਖਾਪਟਨਮ ਜਾਣ ਦੀ ਕੀ ਲੋੜ ਹੈ, ਹਾਲਾਂਕਿ ਇਹ ਬੜੇ ਨਿੱਜੀ ਫੈਸਲੇ ਹੁੰਦੇ ਨੇ। ਉਂਝ ਸੁਨੀਲ ਜਾਖੜ ਸਾਹਿਬ ਕਈ ਵਾਰੀ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਨੀਲ ਜਾਖੜ ਸਾਹਿਬ ਕਰ ਦਿੰਦੇ ਨੇ ਜਿਨ੍ਹਾਂ 'ਤੇ ਹੈਰਾਨੀ ਹੁੰਦੀ ਹੈ। ਇੱਕ ਵਾਰ ਸੁਨੀਲ ਜਾਖੜ ਸਾਹਿਬ ਨੇ ਇੱਕ ਤਰੀਕੇ ਨਾਲ ਐਕਟਿਵ ਸਿਆਸਤ ਤੋਂ ਦੂਰ ਹੋਣ ਦਾ ਐਲਾਨ ਕਰ ਦਿੱਤਾ ਸੀ, ਪਰ ਸੁਨੀਲ ਜਾਖੜ ਸਾਹਿਬ ਫਿਰ ਐਕਟਿਵ ਸਿਆਸਤ 'ਚ ਆ ਗਏ। ਉਂਝ ਮੈਂ ਕੁਝ ਦਿਨ ਪਹਿਲਾਂ ਦੇਖ ਰਿਹਾ ਸੀ ਸੁਨੀਲ ਜਾਖੜ ਸਾਹਿਬ ਨੇ ਭਗਵੰਤ ਮਾਨ ਨੂੰ ਵੀ ਚੈਲੰਜ ਕੀਤਾ ਸੀ, ਚੇਤਾਵਨੀ ਦਿੱਤੀ ਸੀ ਕਿ ਜਿਸ ਤਰ੍ਹਾਂ ਦਾ ਬਿਆਨ ਤੁਸੀਂ, ਸੁਨੀਲ ਜਾਖੜ ਸਾਹਿਬ ਨੇ ਕਿਹਾ ਸੀ ਕਿ ਭਗਵੰਤ ਮਾਨ ਨੇ ਜਿਹੜਾ ਬਿਆਨ SYL 'ਤੇ ਉਹਨਾਂ ਦੇ ਪਿਤਾ ਜੀ ਨੂੰ ਲੈ ਕੇ ਦਿੱਤਾ ਅਤੇ ਉਹ ਕਾਨੂੰਨੀ ਕਾਰਵਾਈ ਕਰਨਗੇ। ਸੋ ਮੈਨੂੰ ਲੱਗਦਾ 1 ਨਵੰਬਰ ਦੀ ਡਿਬੇਟ ਲੰਘੇ ਨੂੰ ਵੀ, ਹੁਣ ਤਾਂ 1 ਨਵੰਬਰ ਤੋਂ ਬਾਅਦ 1 ਦਸੰਬਰ ਵੀ ਲੰਘ ਗਈ ਅਤੇ 31 ਦਸੰਬਰ ਵੀ ਲੰਘ ਗਈ ਅਤੇ ਹੁਣ ਜਨਵਰੀ ਦਾ ਅੱਜ 4 ਤਰੀਕ ਹੋ ਗਈ। ਸੋ ਪਤਾ ਨਹੀਂ ਕਿਉਂ ਹਜੇ ਤੱਕ ਭਗਵੰਤ ਮਾਨ ਨੂੰ ਕੋਈ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਮੀਡੀਆ ਦੇ ਵਿੱਚ ਨਹੀਂ ਆਈ ਕਿ ਕੋਈ ਲੀਗਲ ਨੋਟਿਸ ਭੇਜਿਆ ਹੋਵੇ ਭਗਵੰਤ ਮਾਨ ਉਹਨਾਂ ਨੂੰ ਜਾਂ ਕੋਈ ਕਾਨੂੰਨੀ ਕਾਰਵਾਈ ਕੀਤੀ ਹੋਵੇ। ਸੁਖਬੀਰ ਬਾਦਲ ਵੱਲੋਂ ਇਹ ਚਿੱਠੀਆਂ ਪਹਿਲਾਂ ਜ਼ਰੂਰ ਆਈਆਂ ਸੀ ਕਿ ਲੀਗਲ ਨੋਟਿਸ ਭੇਜਿਆ, ਹੁਣ ਇਹ ਵੀ ਨਹੀਂ ਪਤਾ ਕਿ ਕੀ ਭਗਵੰਤ ਮਾਨ ਉਹਨਾਂ ਨੇ ਕੋਈ ਜਵਾਬ ਦਿੱਤਾ ਜਾਂ ਨਹੀਂ ਦਿੱਤਾ। ਪਰ ਉਸ ਮਾਮਲੇ ਦੇ ਵਿੱਚ ਕੋਈ ਕੇਸ ਕੀਤਾ ਗਿਆ ਹੋਵੇ ਇਹਦੀ ਵੀ ਜਾਣਕਾਰੀ ਹਜੇ ਨਹੀਂ ਆਈ। ਸੋ ਜਿਹੜੇ ਲੀਡਰ ਨੇ ਕਈ ਵਾਰੀ ਗੱਲ ਕਰ ਦਿੰਦੇ ਨੇ ਪਰ ਉਹ ਗੱਲ ਫਿਰ ਅੱਗੇ ਲਗਾਤਾਰ ਲੋਕਾਂ ਦੇ ਵਿੱਚ ਨਹੀਂ ਲੈ ਕੇ ਆਉਂਦੇ। ਸੋ ਇਸ ਕਰਕੇ ਸੁਨੀਲ ਜਾਖੜ ਜੀ ਨੂੰ ਵੀ ਬੇਨਤੀ ਹੈ ਅਤੇ ਸੁਖਬੀਰ ਬਾਦਲ ਜੀ ਨੂੰ ਵੀ ਬੇਨਤੀ ਹੈ ਕਿ ਜਿਹੜੇ ਉਹਨਾਂ ਨੇ ਇਹ ਪਹਿਲਾਂ ਵੱਡੇ ਇਲਜ਼ਾਮ ਲਾਏ ਸੀ, ਦਾਅਵੇ ਕੀਤੇ ਸੀ, ਕਿਰਪਾ ਕਰਕੇ ਉਹਦੀ ਜਾਣਕਾਰੀ ਵੀ ਇੱਕ ਵਾਰੀ ਸਾਂਝੀ ਕਰ ਦੇਣ। ਉਂਝ ਜਿਹੜੀ ਇਹ ਗੱਲ ਕੀਤੀ ਹੈ, ਜਿਹੜੀ ਇਹ ਗੱਲ ਕੀਤੀ ਹੈ ਸੁਨੀਲ ਜਾਖੜ ਸਾਹਿਬ ਨੇ ਕਿ ਭਗਵੰਤ ਮਾਨ ਕਿਉਂ ਚਲੇ ਗਏ, ਅਰਵਿੰਦ ਕੇਜਰੀਵਾਲ ਅਗਰ ਇੱਥੇ ਵਿਪਾਸ਼ਨਾ ਕਰ ਸਕਦੇ ਸੀ ਤਾਂ ਭਗਵੰਤ ਮਾਨ ਨੇ ਇੱਥੇ ਕਿਉਂ ਨਹੀਂ ਕੀਤੀ। ਸੋ ਸੁਨੀਲ ਜਾਖੜ ਦੀ ਜ਼ੁਬਾਨੀ ਉਹਨਾਂ ਦੀ ਗੱਲ ਵੀ ਸੁਣ ਲੈਂਦੇ ਹਾਂ। ਹੈ ਕਿਉਂਕਿ ਉਲਟੇ ਬਾਂਸ ਬਰੇਲੀ ਕੋ ਕਹਾਵਤ ਥੀ, ਕੇਜਰੀਵਾਲ ਸਾਹਿਬ ਪੰਜਾਬ ਮੇਂ ਧਿਆਨ ਲਗਾਉਣੇ ਕੇ ਲਈ ਆਤੇ ਹੈ ਔਰ ਪੰਜਾਬ ਕੇ ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਜਾ ਰਹੇ ਹੈ। ਆਜ ਜਬਕਿ ਇੱਕ ਹਫ਼ਤਾ ਸੇ ਜ਼ਿਆਦਾ ਸਮੇਂ ਯਹਾਂ ਪੇ ਕੇਜਰੀਵਾਲ ਸਾਹਿਬ ਪੰਜਾਬ ਕੇ ਹੁਸ਼ਿਆਰਪੁਰ ਕੇ ਅੰਦਰ ਵਿਪਾਸ਼ਨਾ ਕੇਂਦਰ ਮੇਂ ਆ ਕੇ ਧਿਆਨ ਲਗਾ ਕੇ ਗਏ ਹੈ। ਐਸਾ ਕੌਣ ਸਾ ਧਿਆਨ ਭਗਵੰਤ ਮਾਨ ਜੀ ਆਂਧਰਾ ਪ੍ਰਦੇਸ਼ ਮੇਂ ਜਾ ਕੇ ਲਗਾਉਣਾ ਚਾਹਤੇ ਹੈ? ਕਿਉਂ ਪੰਜਾਬ ਕਾ ਪੈਸਾ ਵਿਅਰਥ ਕਰ ਰਹੇ ਥੇ? ਯਾ ਉਨਕੇ ਕੋਈ ਰਾਜਨੀਤਿਕ ਮੰਤਵ ਥੇ? ਕਿਆ ਵੋ ਉਂਗਲੀ ਉਠਾਉਣਾ ਚਾਹਤੇ ਹੈ ਆਪਣੇ ਬੌਸ ਕੇ ਉੱਪਰ ਕਿ ਕੇਜਰੀਵਾਲ ਸਾਹਿਬ ਯਹਾਂ ਪੇ ਧਿਆਨ ਕਰਨੇ ਕੇ ਲੀਏ ਨਹੀਂ, ਵਿਪਾਸਨਾ ਕਰਨੇ ਕੇ ਨਹੀਂ, ਬਲਕਿ ਏਜੀ ਸੇ ਆਪਣੀ ਜਾਨ ਬਚਾਣੇ ਕੇ ਲੀ ਆ ਰਹੇ ਥੇ? ਔਰ ਦੂਸਰਾ ਸਵਾਲ, ਆਜ ਜਬਕਿ ਕੇਜਰੀਵਾਲ ਸਾਹਿਬ ਨੇ ED ਕੇ ਸਾਹਮਣੇ ਪੇਸ਼ ਹੋਣਾ ਹੈ ਔਰ ਜਬ ਤਰ੍ਹਾਂ ਤਰ੍ਹਾਂ ਕੀ ਅਟਕਲੇ ਲਗਾਈ ਜਾ ਰਹੀ ਥੀ ਵੀ ਸ਼ਾਇਦ ਉਨਕੋ ਕਹੀਂ ਬਿਠਾ ਵੀ ਨਾ ਲਿਆ ਜਾਏ, ਜਿਸ ਕੀ ਤਿਆਰੀ ਕੇਜਰੀਵਾਲ ਸਾਹਿਬ ਜੀ ਕਈ ਦਿਨੋਂ ਸੇ ਕਰ ਰਹੇ ਹੈ। ਤੋ ਆਜ ਕੇ ਦਿਨ ਭਗਵੰਤ ਮਾਨ ਜੀ ਕਾ 4 ਦਿਨ ਕੇ ਲੀਏ
लोगों से हटके वहां पे कोई उनको बात नहीं कर सकता, ये कई बातें लोगों के मन में सवाल पैदा करती हैं, तो मैंने उनसे जवाब मांगा है। लेकिन आम आदमी पार्टी का कहना है कि आज केजरीवाल साहब ईडी के सामने पेश नहीं होंगे क्योंकि उन्हें डर है कि केजरीवाल साहब को गिरफ्तार ना कर दिया जाए। वो इसी डर की वजह से केजरीवाल साहब को गिरफ्तार होना हो इसलिए आज जरूरी था कि जिनके बनाए हुए जिन्होंने तराश के भगवंत मान जी को मुख्यमंत्री बनाया उनके ऊपर आज भीड़ पड़ी है। केजरीवाल साहब को गिरफ्तार होने का अंदेशा था और भगवंत मान जी आंध्र प्रदेश चले गए, ये अंतर क्या चल रहा है आम आदमी पार्टी में, किस किस्म की खिंचोतान चल रही है, ये सवाल। सो सुनील जाखड़ साहब की आप गल सुनी, तिखा हमला भगवंत मान के पंजाब चो जाते ही सुनील जाखड़ वालों और अकाली दल वालों सुखबीर सिंह बादल वालों भी हुण कल मीटिंगां भी होईयां ने, कल बीजेपी की मीटिंग भी हुई, कल बीजेपी ने मीटिंग की सुनील जाखड़ की अगवाई दे विच और लोग सभा चोणां और किवें बीजेपी 23 हल्कियां तो 117 हल्कियां तक पहुँचे ਉਹਦੇ 'ਤੇ ਚਰਚਾ ਕੀਤੀ ਗਈ। ਉਹ ਅੰਦਰੂਨੀ ਖਬਰਾਂ ਇਹ ਆਈਆਂ ਨੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਬੀਜੇਪੀ ਬਹੁਤ ਜ਼ਿਆਦਾ ਸਰਗਰਮ ਹੈ ਔਰ ਬੀਜੇਪੀ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਬਹੁਤ ਜ਼ਿਆਦਾ ਇਸ ਵਕਤ ਰੱਸਾਕਸ਼ੀ ਚੱਲ ਰਹੀ ਹੈ। ਬਹੁਤ ਸਾਰੇ ਲੀਡਰ ਨੇ ਜਿਹੜੇ ਮੌਜੂਦਾ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟਾਂ ਮਿਲਣ, ਪਰ ਜਿਹੜੇ ਲੋਕ ਦੂਜੀਆਂ ਪਾਰਟੀਆਂ 'ਚੋਂ ਆਏ ਨੇ ਅਕਾਲੀ ਦਲ ਔਰ ਕਾਂਗਰਸ 'ਚੋਂ ਬੀਜੇਪੀ 'ਚ ਉਹ ਲੋਕ ਵੀ ਟਿਕਟਾਂ ਦੇ ਦਾਅਵੇਦਾਰ ਬਣ ਗਏ ਨੇ, ਜਿਸ ਕਰਕੇ ਬੀਜੇਪੀ ਦਾ ਪੰਜਾਬ ਦਾ ਜਿਹੜਾ ਆਪਣਾ ਕਾਡਰ ਹੈ ਉਹ ਕਾਫੀ ਜ਼ਿਆਦਾ ਦੁਚਿੱਤੀ ਦੇ ਵਿੱਚ ਹੈ ਔਰ ਮੰਨਿਆ ਇਹ ਜਾ ਰਿਹਾ ਕਿ ਇਸ ਵਾਰ ਬੀਜੇਪੀ ਵੱਲੋਂ ਜਿਹੜੀਆਂ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜਾਣੀਆਂ ਸਭ ਤੋਂ ਵੱਡੀ ਚੁਣੌਤੀ ਹੈ ਸੁਨੀਲ ਜਾਖੜ ਲਈ ਵੀ ਔਰ ਬੀਜੇਪੀ ਲਈ ਵੀ, ਕਿਉਂਕਿ ਸਥਿਤੀਆਂ ਇਸ ਵਕਤ ਪੰਜਾਬ 'ਚ ਬੀਜੇਪੀ ਦੀਆਂ ਕੋਈ ਬਹੁਤ ਜ਼ਿਆਦਾ ਚੰਗੀਆਂ ਨਹੀਂ ਹੈ, ਭਾਵੇਂ ਬਹੁਤ ਵੱਡੀ ਜਿਹੜੀ ਇੱਕ ਚਾਹਤ ਸੀ ਸਾਰਿਆਂ ਦੀ ਰਾਮ ਮੰਦਰ ਦੀ, ਰਾਮ ਮੰਦਰ ਸ਼ੁਰੂ ਹੋਣ ਜਾ ਰਿਹਾ, ਕੋਈ ਵੱਡੀ ਗੱਲ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਲਈ ਕੀਤੇ ਕੰਮਾਂ ਨੂੰ ਦੇਖ ਕੇ ਕਿਸੇ ਹੱਦ ਤੱਕ ਬੀਜੇਪੀ ਨੂੰ ਵੋਟਾਂ ਪੈਣ, ਪਰ ਇਸ ਦੇ ਬਾਵਜੂਦ ਵੀ ਪੰਜਾਬ 'ਚ ਬੀਜੇਪੀ ਨੂੰ ਉਸ ਤਰੀਕੇ ਦੀਆਂ ਸਥਿਤੀਆਂ ਨਹੀਂ ਦਿਖਦੀਆਂ ਕਿ ਬੀਜੇਪੀ ਨੂੰ ਸਾਰੇ ਪਾਸਿਆਂ ਤੋਂ ਪੰਜਾਬ ਦੇ ਵਿੱਚ ਵੋਟਾਂ ਪੈਣ। ਸੋ ਕਿਤੇ ਨਾ ਕਿਤੇ ਬੀਜੇਪੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਇਸ ਵਕਤ ਬਹੁਤ ਜ਼ਿਆਦਾ ਮੱਥਾਪੱਚੀ ਕਰ ਰਹੀ ਹੈ ਔਰ ਬਹੁਤ ਸਾਰੇ ਸੈਲੀਬ੍ਰਿਟੀ ਨੇ ਜਿਹੜੇ ਉਹਨਾਂ ਨੇ ਚੋਣਾਂ ਲੜਨ ਤੋਂ ਇਨਕਾਰ ਕੀਤਾ। ਇਸ ਵਾਰ ਇਹ ਵੀ ਖਬਰਾਂ ਨੇ ਪੰਜਾਬ ਦੇ ਵੀ ਕਈ ਜਿਹੜੇ ਨਾਮੀ ਸੈਲੀਬ੍ਰਿਟੀ ਹੈ ਉਹਨਾਂ ਨਾਲ ਵੀ ਸੰਪਰਕ ਕੀਤੇ ਜਾ ਰਹੇ ਨੇ ਵੱਖ ਵੱਖ ਪਾਰਟੀਆਂ ਵੱਲੋਂ, ਕਿਉਂਕਿ ਗੁਰਦਾਸਪੁਰ ਦੀ ਸੀਟ ਸੈਲੀਬ੍ਰਿਟੀ ਸੀਟ ਮੰਨੀ ਜਾਂਦੀ ਹੈ, ਕਦੀ ਵਿਨੋਦ ਖੰਨਾ ਕਦੀ ਸਨੀ ਦਿਓਲ, ਹਾਲਾਂਕਿ ਵਿਨੋਦ ਖੰਨਾ ਉਹਨਾਂ ਨੇ ਚੰਗੇ ਕੰਮ ਕੀਤੇ ਸੀ। ਅਗਰ ਉਹਨਾਂ ਦੀ ਧਰਮ ਪਤਨੀ ਬੀਬੀ ਕਵਿਤਾ ਖੰਨਾ ਉੱਥੇ ਚੋਣ ਲੜਦੇ ਨੇ ਤਾਂ ਬੀਜੇਪੀ ਪਹਿਲਾਂ ਨਾਲੋਂ ਚੰਗੀ ਸਥਿਤੀ 'ਚ ਰਹਿ ਸਕਦੀ ਹੈ, ਪਰ ਸਨੀ ਦਿਓਲ ਨੇ ਕਿਉਂਕਿ ਉੱਥੇ ਕੰਮ ਬਿਲਕੁਲ ਨਹੀਂ ਕੀਤੇ, ਬਹੁਤ ਘੱਟ ਸਨੀ ਦਿਓਲ ਉੱਥੇ ਆਏ, ਕੋਈ ਇੱਕਾ ਦੁੱਕਾ ਕੰਮ ਛੱਡ ਕੇ ਸਨੀ ਦਿਓਲ ਦੀ ਕੋਈ ਪ੍ਰਾਪਤੀ ਨਹੀਂ ਹੈ, ਇਸ ਕਰਕੇ ਬੀਜੇਪੀ ਨੂੰ ਗੁਰਦਾਸਪੁਰ ਤੋਂ ਬਹੁਤ ਜ਼ਿਆਦਾ ਖਤਰਾ ਹੈ। ਔਰ ਜਿਵੇਂ ਮੈਂ ਹਮੇਸ਼ਾ ਕਹਿੰਦਾ, ਜਦੋਂ ਦੇ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਛੱਡੀ ਹੈ ਕਦੀ ਅੰਮ੍ਰਿਤਸਰ ਸਾਹਿਬ ਬੀਜੇਪੀ ਜਿੱਤ ਨਹੀਂ ਸਕੀ, ਹੁਣ ਰਹਿ ਗਈ ਸਿਰਫ ਹੁਸ਼ਿਆਰਪੁਰ ਦੀ ਸੀਟ ਜਿੱਥੇ ਬੀਜੇਪੀ ਇਸ ਵਕਤ ਵੀ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਮੌਜੂਦ ਹੈ, ਸੋਮ ਪ੍ਰਕਾਸ਼ ਜੀ ਉੱਥੋਂ ਸਿਟਿੰਗ MP ਨੇ, ਪਰ ਉਸ ਤੋਂ ਇਲਾਵਾ ਦੂਜੀਆਂ ਸੀਟਾਂ 'ਤੇ ਬੀਜੇਪੀ ਨੂੰ ਉਮੀਦਵਾਰ ਨਹੀਂ ਲੱਭ ਰਹੇ। ਕਈ ਕਾਂਗਰਸ 'ਚੋਂ ਅਕਾਲੀ ਦਲ ਤੋਂ ਆਏ ਜਿਹੜੇ ਉਮੀਦਵਾਰ ਨੇ ਉਹ ਦਾਅਵੇਦਾਰ ਜ਼ਰੂਰ ਨੇ, ਲੇਕਿਨ ਖੁੱਲ੍ਹ ਕੇ ਬੀਜੇਪੀ ਦੀ ਜਿਹੜੀ ਸਥਿਤੀ ਹੈ ਮੈਦਾਨ ਦੇ ਵਿੱਚ ਹਜੇ ਤੱਕ ਸਪਸ਼ਟ ਨਹੀਂ ਹੋ ਰਹੀ ਕਿ ਕਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਣੀ, ਕਿਹਨੂੰ ਨਹੀਂ ਦਿੱਤੀ ਜਾਣੀ, ਔਰ ਇਹਦੇ ਦਰਮਿਆਨ ਗੱਠਜੋੜ ਨੂੰ ਲੈ ਕੇ ਵੀ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ। ਉਂਝ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਵੀ ਕੋਰ ਕਮੇਟੀ ਦੀ ਬੈਠਕ ਹੋਈ, ਇਹ ਵੀ ਚਰਚਾ ਨੇ ਕਿ ਆਉਂਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਵੱਖ ਵੱਖ ਪਹਿਲੂਆਂ ਤੋਂ ਆਪਣੀ ਸਥਿਤੀ ਵਿਚਾਰ ਰਿਹਾ। ਅਕਾਲੀ ਦਲ ਕੋਲ ਇੱਕ ਵਾਰ ਗੱਲ ਤੁਰੀ ਸੀ ਕਿ
ਪੁਰਾਣੀ ਲੀਡਰਸ਼ਿਪ ਵਾਪਸ ਆ ਸਕਦੀ ਹੈ, ਪਰ ਇੱਕ ਵਾਰ ਫਿਰ ਉਹ ਮਾਹੌਲ ਇਸ ਵਕਤ ਠੰਡਾ। ਪਰ ਅਕਾਲੀ ਦਲ ਕੋਲ ਵੀ ਇਸ ਵਕਤ ਜੇਤੂ ਉਮੀਦਵਾਰਾਂ ਦੀ ਤਲਾਸ਼ ਹੈ, ਅਕਾਲੀ ਦਲ ਨੂੰ ਵੀ ਜੇਤੂ ਉਮੀਦਵਾਰਾਂ ਦੀ ਤਲਾਸ਼ ਹੈ। ਔਰ ਇਹ ਵੀ ਇਸ ਵਕਤ ਸੂਤਰਾਂ ਦੇ ਮੁਤਾਬਕ ਚਰਚਾਵਾਂ ਨੇ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਵੀ ਇਸ ਵਾਰ ਚੋਣ ਨਾ ਲੜਨ, ਉਹ ਬਤੌਰ ਪ੍ਰਧਾਨ ਦੂਸਰੇ ਉਮੀਦਵਾਰਾਂ ਨੂੰ ਚੋਣ ਲੜਾਉਣ। ਇਸ ਤਰੀਕੇ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ। ਹਾਲਾਂਕਿ ਅਧਿਕਾਰਿਕ ਤੌਰ 'ਤੇ ਅਕਾਲੀ ਦਲ ਨੇ ਇਹਦੇ 'ਤੇ ਕੋਈ ਬਿਆਨ ਨਹੀਂ ਦਿੱਤਾ, ਅਕਾਲੀ ਦਲ ਵੱਲੋਂ ਹਾਲੇ ਤੱਕ ਬਿਲਕੁਲ ਨਹੀਂ ਕਿਹਾ ਗਿਆ ਕਿ ਸੁਖਬੀਰ ਬਾਦਲ ਨਹੀਂ ਲੜਨਗੇ, ਪਰ ਇਹ ਚਰਚਾਵਾਂ ਨੇ ਔਰ ਕਈ ਸੁਝਾਅ ਇਸ ਤਰ੍ਹਾਂ ਦੇ ਅਕਾਲੀ ਦਲ ਦੇ ਅੰਦਰ ਅਕਾਲੀ ਦਲ ਨੂੰ ਦਿੱਤੇ ਜਾ ਰਹੇ ਨੇ ਵੱਖ ਵੱਖ ਲੀਡਰਾਂ ਵੱਲੋਂ ਵੀ। ਇਸ ਤਰੀਕੇ ਦੀਆਂ ਚਰਚਾਵਾਂ ਇਸ ਵਕਤ ਚੱਲ ਰਹੀਆਂ ਨੇ, ਕਿਉਂਕਿ 2024 ਦੀਆਂ ਚੋਣਾਂ ਬਹੁਤ ਅਹਿਮ ਰਹਿਣ ਵਾਲੀਆਂ ਨੇ। ਔਰ ਜੇ ਮੈਂ ਨਾਲ ਦੀ ਨਾਲ ਅਖੀਰ ਦੇ ਵਿੱਚ ਹਰਜੋਤ ਜੀ, ਜੇ ਮੈਂ ਪੰਜਾਬ ਵਾਲੇ ਪਾਸੇ ਰੁੱਖ ਕਰਾਂ ਤਾਂ ਦਵਿੰਦਰ ਯਾਦਵ ਜਿਹੜੇ ਨਵੇਂ ਪ੍ਰਭਾਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ, ਉਹ ਬਹੁਤ ਜਲਦ ਮੁੜ ਕੇ ਵਾਪਸ ਆ ਸਕਦੇ ਨੇ ਚੰਡੀਗੜ੍ਹ ਦੇ ਵਿੱਚ, ਔਰ ਪੰਜਾਬ ਕਾਂਗਰਸ ਦੇ ਸਾਰੇ ਲੀਡਰਾਂ ਦੇ ਨਾਲ ਉਹ ਮੀਟਿੰਗ ਕਰ ਸਕਦੇ ਨੇ। ਔਰ ਉਸ ਤੋਂ ਬਾਅਦ ਮਲਕੀ ਅਰਜਨ ਖੜਗੇ ਬਾਰੇ ਵੀ ਦੱਸਿਆ ਜਾ ਰਿਹਾ ਕਿ ਉਹ ਵੀ ਪੰਜਾਬ 'ਚ ਆ ਕੇ ਇੱਕ ਮੀਟਿੰਗ ਕਰ ਸਕਦੇ ਨੇ। ਕਾਂਗਰਸ ਦੀ ਹਾਈ ਕਮਾਂਡ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੈ। ਪੰਜਾਬ ਦੀ ਜਿਹੜੀ ਮੁੱਖ ਲੀਡਰਸ਼ਿਪ ਹੈ ਇਸ ਵਕਤ ਸੰਗਠਨ ਦੀ, ਉਹ ਕਿਸੇ ਕੀਮਤ 'ਤੇ ਆਪ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ। ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਕਿ ਅਸੀਂ ਕਾਂਗਰਸ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜੀਏ। ਅਗਰ ਪੰਜਾਬ 'ਚ ਸਮਝੌਤਾ ਨਾ ਹੋਇਆ ਤਾਂ ਦਿੱਲੀ 'ਚ ਸਮਝੌਤਾ ਔਖਾ ਹੋਏਗਾ। ਔਰ ਕਿਤੇ ਨਾ ਕਿਤੇ ਕਾਂਗਰਸ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਜੇ ਅਸੀਂ ਸਮਝੌਤਾ ਕਰਦੇ ਹਾਂ, ਅਗਰ ਕੋਈ ਅਜਿਹੇ ਹਾਲਾਤ ਬਣਦੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ, ਤਾਂ ਫਿਰ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਹੈ ਉਹ ਕਾਂਗਰਸ ਨੂੰ ਵੀ ਸ਼ਿਫਟ ਹੋ ਸਕਦੀ ਹੈ ਅਗਰ ਸਮਝੌਤੇ 'ਚ ਅਸੀਂ ਰਵਾਂਗੇ। ਸੋ ਕਾਂਗਰਸ ਦੀ ਹਾਈ ਕਮਾਂਡ ਕਿਤੇ ਨਾ ਕਿਤੇ ਸਮਝੌਤੇ ਦੀ ਇੱਛਾ ਸੰਭਾਵਨਾ ਰੱਖਦੀ ਹੈ, ਪਰ ਪੰਜਾਬ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਵੱਡੀ ਗਿਣਤੀ ਲੋਕ ਨਹੀਂ ਚਾਹੁੰਦੇ ਆਪ ਨਾਲ ਸਮਝੌਤਾ। ਇਸ ਕਰਕੇ ਪੰਜਾਬ ਦੇ ਪ੍ਰਭਾਰੀ ਔਰ ਮਲਕੀ ਅਰਜਨ ਖੜਗੇ ਵਾਰੀ ਵਾਰੀ ਪੰਜਾਬ 'ਚ ਆ ਕੇ ਮੀਟਿੰਗ ਕਰ ਸਕਦੇ ਨੇ, ਇਸ ਤਰੀਕੇ ਦੀਆਂ ਸੰਭਾਵਨਾਵਾਂ ਨੇ। ਔਰ ਉਹ ਵੀ ਆਪਣੇ ਤੌਰ 'ਤੇ ਜ਼ਮੀਨੀ ਹਾਲਾਤਾਂ ਦੀ ਜਾਣਕਾਰੀ ਹੈ ਜਿਹੜੀ ਉਹ ਇਕੱਠੀ ਕਰ ਰਹੇ ਨੇ। ਸੋ ਆਉਂਦੇ ਦਿਨਾਂ 'ਚ ਹਰਜੋਤ ਜੀ ਇਹ ਵੀ ਗੱਲ ਬੜੀ ਦਿਲਚਸਪ ਰਹੇਗੀ ਅਗਰ ਦਵਿੰਦਰ ਯਾਦਵ ਪੰਜਾਬ ਦੇ ਲੀਡਰਾਂ ਨੂੰ ਮਿਲਦੇ ਨੇ ਗੱਠਜੋੜ ਦੇ ਮੁੱਦੇ 'ਤੇ, ਔਰ ਅਗਰ ਮਲਕੀ ਅਰਜਨ ਖੜਗੇ ਗੱਠਜੋੜ ਦੇ ਮੁੱਦੇ 'ਤੇ ਪੰਜਾਬ ਦੇ ਲੀਡਰਾਂ ਨੂੰ ਮਿਲਦੇ ਨੇ। ਸੋ ਬਹੁਤ ਸਥਿਤੀਆਂ ਦੇਖਣ ਯੋਗ ਰਹਿਣਗੀਆਂ। ਉਂਝ 7 ਜਨਵਰੀ ਦੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਹੈ ਜਿਹੜੀ ਲੋਕ ਮਿਲਣੀ ਹੈ, ਰੈਲੀ ਨੁਮਾ ਇਹ ਪ੍ਰੋਗਰਾਮ ਹੋਏਗਾ ਹਰਵਿੰਦਰ ਸਿੰਘ ਲਾਡੀ ਹੋਣਾ ਵੱਲੋਂ, ਇਹ ਜਿਹੜੇ ਕਿ ਬਠਿੰਡਾ ਦਿਹਾਤੀ ਨੂੰ ਰਿਪ੍ਰਜੈਂਟ ਕਰਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਰਾਜਾ ਵੜਿੰਗ ਉੱਥੇ ਆਉਂਦੇ ਨੇ, ਕੀ ਪੰਜਾਬ ਕਾਂਗਰਸ ਦੇ ਪ੍ਰਭਾਰੀ ਉੱਥੇ ਆਉਂਦੇ ਨੇ, ਕਿਉਂਕਿ ਇਸ ਤਰੀਕੇ ਦੀਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਇਹਨਾਂ ਦੋਹੇ ਲੀਡਰਾਂ ਦੀਆਂ ਤਸਵੀਰਾਂ ਲਾਉਣ ਦੇ ਨਾਲ ਨਾਲ ਇਹਨਾਂ ਨੂੰ ਸੱਦਾ ਵੀ ਭੇਜਿਆ ਜਾ ਰਿਹਾ ਹੈ ਕਿ ਤੁਸੀਂ ਵੀ ਉਸ ਰੈਲੀ ਦੇ ਵਿੱਚ ਆ ਕੇ ਬੋਲੋ। ਸੋ ਅਗਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਭਾਰੀ ਉਸ ਦਿਨ ਰੈਲੀ 'ਚ ਆ ਕੇ ਬੋਲਦੇ ਨੇ, ਇਹਦੇ ਨਾਲ ਵੀ ਪੰਜਾਬ ਦੇ ਜਿਹੜੇ ਸਿਆਸੀ ਸਮੀਕਰਨ ਨੇ ਉਹ ਸਾਨੂੰ ਬਦਲੇ ਹੋਏ ਨਜ਼ਰ ਆਉਣਗੇ। ਅਗਰ ਇਹ ਲੀਡਰ ਉੱਥੇ ਆ ਕੇ ਨਹੀਂ ਬੋਲਦੇ ਤਾਂ ਵੀ ਪੰਜਾਬ ਦੇ ਕਾਂਗਰਸ ਦੇ ਵਿੱਚ ਜਿਹੜੀ ਅੰਦਰੂਨੀ ਸਿਆਸਤ ਹੈ ਉਹ ਕੋਈ ਨਾ ਕੋਈ ਮੋੜਾ ਕੱਟ ਸਕਦੀ ਹੈ। ਸੋ ਆਉਂਦੇ ਜਿਹੜੇ ਦਿਨ ਨੇ ਉਹ ਬੜੇ ਪੰਜਾਬ ਦੇ ਵਿੱਚ ਸਿਆਸੀ ਤੌਰ 'ਤੇ ਉਥਲ ਪੁਥਲ ਵਾਲੇ ਹੋ ਸਕਦੇ ਨੇ। ਹਾਲਾਂਕਿ ਭਗਵੰਤ ਮਾਨ ਵਿਸ਼ਾਖਾਪਟਨਮ ਗਏ ਨੇ, ਜਦੋਂ ਉਹਨਾਂ ਨੇ ਵਾਪਸ ਆਉਣਾ 7 ਅਤੇ 8 ਜਨਵਰੀ ਨੂੰ ਉਹ ਸਿੱਧੇ ਗੁਜਰਾਤ ਜਾਣਗੇ ਜਿੱਥੇ ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਕਰਨਾ। ਸੋ 8 ਤਰੀਕ ਦੀ ਰਾਤ ਨੂੰ ਭਗਵੰਤ ਮਾਨ ਪੰਜਾਬ 'ਚ ਮੁੜਨਗੇ। ਭਗਵੰਤ ਮਾਨ ਦੇ ਵਾਪਸ ਆਉਣ ਤੋਂ ਪਹਿਲਾਂ ਕਿੰਨਾ ਕੁ ਭਗਵੰਤ ਮਾਨ ਦੇ ਉੱਤੇ ਸਿਆਸੀ ਹਮਲਾ ਕੀਤਾ ਜਾ ਸਕਦਾ ਇਹਦੇ 'ਤੇ ਵੀ ਨਜ਼ਰ ਰਹੂਗੀ। ਉਂਝ ਕੱਲ੍ਹ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵਾਰੀ ਫਿਰ ਕਰਜ਼ੇ 'ਤੇ ਲੈ ਕੇ ਸਵਾਲ ਚੁੱਕੇ, ਔਰ ਅਕਾਲੀ ਦਲ ਵੱਲੋਂ ਇਹ ਵੀ ਗੱਲ ਵੱਡੇ ਪੱਧਰ 'ਤੇ ਚੱਕੀ ਜਾ ਰਹੀ ਹੈ ਕਿ ਜਦੋਂ ਪੰਜਾਬ ਸਰਕਾਰ ਘਾਟੇ 'ਚ ਹੈ, ਕਰਜ਼ਾ ਲੈ ਕੇ ਚੱਲ ਰਹੀ ਹੈ,
ਅਤੇ ਘਾਟੇ ਵਾਲਾ ਥਰਮਲ ਪਲਾਂਟ ਕਿਉਂ ਖਰੀਦਿਆ ਗਿਆ? ਔਰ ਅਕਾਲੀ ਦਲ ਦਾ ਇੱਕ ਲੀਡਰ ਸੋਸ਼ਲ ਮੀਡੀਆ 'ਤੇ ਮੈਂ ਸੁਣ ਰਿਹਾ ਸੀ, ਜ਼ਿੰਮੇਦਾਰ ਲੀਡਰ, ਉਹਦਾ ਕਹਿਣਾ ਸੀ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ, ਇਹਦੇ ਪਿੱਛੇ ਕੋਈ ਕਿਸੇ ਨੂੰ ਲਾਹਾ ਜਿਹੜੀ ਪਹੁੰਚਾਉਣ ਦੀ ਸਾਜ਼ਿਸ਼ ਤਾਂ ਨਹੀਂ ਹੈ। ਪਰ ਮੇਰਾ ਇਹ ਮੰਨਣਾ ਹੈ ਕਿ ਸੂਬੇ ਦੀ ਸਰਕਾਰ ਨੇ ਜਿਹੜਾ ਇਹ ਥਰਮਲ ਪਲਾਂਟ ਖਰੀਦਿਆ 540 ਮੈਗਾਵਾਟ ਦਾ, ਇਹ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਦੇ ਨਾਲ ਖਰੀਦਿਆ ਗਿਆ। 540 ਮੈਗਾਵਾਟ ਨੂੰ ਜੇ ਅਸੀਂ 2 ਕਰੋੜ ਨਾਲ ਗੁਣਾ ਕਰੀਏ ਤਾਂ 1080 ਕਰੋੜ ਹੈ। ਮੈਨੂੰ ਲੱਗਦਾ ਜਦੋਂ ਸਸਤੀ ਬਿਜਲੀ ਦਾ ਉਤਪਾਦਨ ਇੱਥੋਂ ਹੋਣਾ ਤਾਂ ਇਹ ਪੰਜਾਬ ਲਈ ਫਾਇਦੇਮੰਦ ਰਹੇਗਾ। ਪਰ ਅਕਾਲੀ ਦਲ ਇਹਦੇ ਉੱਤੇ ਵੱਡੇ ਸਵਾਲ ਚੱਕ ਰਿਹਾ। ਸੁਖਬੀਰ ਬਾਦਲ ਦੀ ਵੀ ਇੱਕ ਵਾਰ ਗੱਲ ਸੁਣ ਲਈਏ, ਜਿਨ੍ਹਾਂ ਨੇ ਇੱਕ ਵਾਰ ਫਿਰ ਕਰਜ਼ੇ ਦੀ ਗੱਲ ਚੱਕੀ ਕਿ ਮੌਜੂਦਾ ਸਰਕਾਰ ਕਰਜ਼ਾ ਚੱਕ ਰਹੀ ਹੈ। ਪਰ ਸਵਾਲ ਫਿਰ ਉੱਥੇ ਆ ਕੇ ਖੜ੍ਹਾ ਹੋ ਜਾਂਦਾ ਹੈ, ਭਗਵੰਤ ਮਾਨ ਇੱਥੇ ਮੌਜੂਦ ਨਹੀਂ। ਅਗਰ ਭਗਵੰਤ ਮਾਨ ਇਹਦੇ ਉੱਪਰ ਫਿਰ ਆਪਣੀ ਉਹੀ ਗੱਲ ਦੁਹਰਾਉਣ ਕਿ ਜਿੰਨਾ ਕਰਜ਼ਾ ਕਾਂਗਰਸ ਔਰ ਅਕਾਲੀ ਦਲ ਨੇ ਲਿਆ, ਤਾਂ ਫਿਰ ਅਕਾਲੀ ਦਲ ਔਰ ਕਾਂਗਰਸ ਉਹਦੇ ਬਾਰੇ ਜਵਾਬ ਦੇਣ। ਸੋ ਮੈਨੂੰ ਲੱਗਦਾ ਕਰਜ਼ਾ ਹੁਣ ਲੈਣਾ ਹੀ ਪੈਣਾ ਜਿਹੜੀ ਵੀ ਸਰਕਾਰ ਪੰਜਾਬ 'ਚ ਆਏਗੀ, ਕਿਉਂਕਿ ਅਗਰ ਅਕਾਲੀ ਦਲ ਕੈਪਟਨ ਪ੍ਰਕਾਸ਼ ਸਿੰਘ ਬਾਦਲ ਨੇ ਕਰਜ਼ੇ ਲੈ ਕੇ ਸਰਕਾਰਾਂ ਚਲਾਈਆਂ ਨੇ, ਅਤੇ ਇਸ ਵਕਤ ਪੰਜਾਬ ਸਿਰ 3 ਲੱਖ ਕਰੋੜ ਤੋਂ ਜ਼ਿਆਦਾ ਦਾ ਖਰਚਾ ਹੈ, ਅਤੇ ਕੋਈ ਵੀ ਸਰਕਾਰ ਪੰਜਾਬ 'ਚ ਆ ਜਾਵੇ ਕਿਸੇ ਕੋਲ ਵੀ ਜਾਦੂ ਦੀ ਸੋਟੀ ਨਹੀਂ ਹੈ, ਕਰਜ਼ਾ ਲੈਣਾ ਪਊਗਾ। ਪਰ ਪੁਰਾਣੀਆਂ ਕਿਸ਼ਤਾਂ ਨੇ ਜਿਹੜੀਆਂ ਸਮੇਂ ਸਿਰ ਮੋੜਨੀਆਂ ਪੈਣਗੀਆਂ, ਕਰਜ਼ੇ ਬਿਨਾਂ ਇਸ ਵਕਤ ਪੰਜਾਬ ਦਾ ਗੁਜ਼ਾਰਾ ਔਖਾ ਹੈ। ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ। ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ, ਮੈਨੂੰ ਲੱਗਦਾ ਇੰਨਾ ਤਬਾਹ ਕਰ ਦੂਗਾ, ਬੜਾ ਔਖਾ ਹੋ ਜਾਣਾ। ਨਾ ਇਹਨੂੰ ਤਜਰਬਾ ਹੈ, ਨਾ ਇਹਨੂੰ ਕੋਈ ਅਕਲ ਹੈ, ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ। ਆਹ ਸੋਚਦਾ ਕਿ ਮੈਨੂੰ ਬਣਾਤਾ, ਹੁਣ ਮੈਂ ਮੁੱਖ ਮੰਤਰੀ ਬਣ ਗਿਆ। ਮੁੱਖ ਮੰਤਰੀ ਬਣਨਾ ਹੋਰ ਚੀਜ਼ ਹੈ, ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣੀ ਹੋਰ ਗੱਲ ਹੈ। ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਰਿਸਪੋਂਸੀਬਿਲਟੀ ਹੁੰਦੀ ਹੈ। ਹੁਣ ਉਹ ਮਜ਼ਾਕੀਆ ਨਹੀਂ ਹੈ, ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ। ਪਰ ਮੈਨੂੰ ਅਫਸੋਸ ਹੈ ਕਿ ਇਹਦੀ ਸੋਚ ਹਲੇ ਵੀ ਉਹ ਮਜ਼ਾਕੀਆ ਵਾਂਗੂ ਹੈ। ਮੈਨੂੰ ਇੱਕ ਹੈਰਾਨੀ ਆਉਂਦੀ ਹੈ, ਕੇਜਰੀਵਾਲ ਹੁਸ਼ਿਆਰਪੁਰ ਆਉਂਦਾ, ਆਹ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼, ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ? ਤਬਾਹ ਤਾਂ ਕਰਤਾ ਪੰਜਾਬ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ, ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ। ਅਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।